ਨਾਰਾਇਣ ਤਕਬੀਰ ਨਾਰਾਇਣ ਤਕਬੀਰ ਨਾਰਾਇਣ ਰਿਸਾਲਤ ਨਾਰਾਇਣ ਹੈਦਰੀ ਨਾਰਾਇਣ ਹੈਦਰੀ ਖਿਸ਼ਨੁਦੀਏ ਮੁਹੰਮਦ ਵਾਲ ਮੁਹੰਮਦ ਬੁਲੰਦਰ ਸਲਵਾਤ ਜ਼ਿਕਰ ਪਾਕ ਦੀ ਕਬੂਲੀਅਤ ਵਾਸਤੇ ਹੀ ਸਲਵਾਤ ਮਾਸ਼ਾਅੱਲਾਹ ਲਾ ਹੌਲ ਵਲਾ ਕੁਵਤ ਇਲਾ ਬਿੱਲਾਹ ਅਲ-ਅਲੀਅਲ ਅਜ਼ੀਮ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਯਾ ਕਾਸ਼ਿਫਲ ਕਰਬੇ ਅਨ ਵਜਹਿਲ ਹੁਸੈਨ ਇਕਸ਼ਿਫ ਕਰਬੀ ਵ ਕਰਬਲ ਮੁਮਿਨੀਨ ਬੇਹੱਕੇ ਅਖੀ ਕਲ ਹੁਸੈਨ ਅਲੈਹਿ ਸਲਾਮ ਯਾ ਬਾਬਲ ਹਵਾਏ ਯਾ ਹਿਜਾਬਾ ਉਮਲ ਮਸਾਏ ਆਦਰਿਕਨੀ ਆਦਰਿਕਨੀ ਫੀ ਸਬੀ ਲੀਲਾ ਅਲਾਹੁਮਾ ਸਲਿਆਲਾ ਮੁਹੰਮਦ ਵਾਲ ਮੁਹੰਮਦ ਵਾਜਲ ਫਰਜਾਲ ਮੁਹੰਮਦ ਸ਼ਾਹ ਫਰਮਾਇਆ ਮੁਸਲਮਾਨ ਸ਼ਾਹ ਫਰਮਾਇਆ ਮੁਸਲਮਾਨੋ ਨਾ ਮੰਗਦਾ ਮਿਆਦ ਵਿਆਦੀ ਬਸ ਇਤਨੀ ਮੋਹਲਤ ਮੈਂ ਕੁਡੇ ਵੋ ਚਾ ਕਰ ਗਿਨੇ ਅਕਬਰ ਦੀ ਸ਼ਾਦੀ ਪੱਲੂ ਬਨ ਗਿਨੇ ਭੈਣ ਬਿਰਾਦਾ ਮਿਟ ਤਾਂਗ ਵਨੇ ਸੁਗਰਾ ਦੀ ਵਤ ਹਾਂ ਮੈਂ ਮੁਸਾਫਿਰ ਇੱਥੋਂ ਤੁਰ ਵਸਾਏ ਓੜਕ ਜੋ ਕਫਨਾ ਦੀ ਤੁਹਾਡੇ ਸ਼ਹਿਰ ਦੇ ਵਿੱਚ ਮੈਂ ਵੱਲ ਨਾਇਆ ਸਾ ਤੇ ਜੇ ਆਦੇ ਓ ਕਸਮ ਚਵਾਵੋ ਅਸਾਂ ਭੈਣ ਭਰਾ ਲਿਖਣੇ ਦੇ ਹੈ ਜੇ ਲਿਖਦੇ ਹੋ ਲਿਖਵਾਵੋ ਮੈਂ ਕੁਝ ਸਮਝ ਮੁਜਾਵਰ ਕਬਾਰ ਨਾਨੇ ਦਾ ਇਆ ਮਿੰਨਤ ਹੁਸੈਨ ਤਲਾਵ ਮੇਰੀ ਆਲੀਆ ਭੈਣ ਪੈ ਬੈਰਾਂ ਦੀ ਏਕ ਲਾਜ਼ਾ ਬੈਰ ਨਾਵ ਸੋਚ ਕਿਤਾਬ ਪੈ ਉਲਝਣ ਗਈ ਰੱਬ ਜਾਣੇ ਸੈਯਦ ਕੌਣ ਹਨ ਸੋਚ ਕਿਤਾਬ ਪੈ ਉਲਝਣ ਗਈ ਰੱਬ ਜਾਣੇ ਸੈਯਦ ਕੌਣ ਹਨ ਜੇ ਅਰਸ਼ ਬਰੀਨ ਦੇ ਵਸਦੇ ਹਨ ਤਾਂ ਹੇਠ ਖੰਜਰ ਦੇ ਕੌਣ ਹਨ ਜੇ ਸਵਾਰਨ ਮੋਹਰ ਰਿਸਾਲਤ ਦੇ ਵਤ ਨੋਕ ਸਿਨਾਨ ਤੇ ਕੌਣ ਹਨ ਜੇ ਪਰਦਾ ਦਾਰ ਤੇ ਹੀਰ ਦੇ ਹਨ ਵਤ ਸ਼ਾਮ ਜ਼ਿੰਦਾਨ ਚ ਕੌਣ ਹਨ ਬੀਬੀਆਂ ਦੀ ਅਸਗਰ ਹਰ ਕੋਈ ਵੰਨੇ ਹਾਂ ਤੂੰ ਨਾ ਵੰਨੇ ਹਾਂ ਤੂੰ ਰਾਵਿਆ ਮੇਰੇ ਕੋਲ ਮੈਂ ਤੇ ਕੋ ਪਿੰਗੇ ਸਮਾਵਾਂ ਹਾਂ ਤੇ ਕੋ ਲੋਰੀਆਂ ਦੇਵਾਂ ਹਾਂ ਤੇਰੀ ਖਿਦਮਤ ਕਰਾਂ
ਕਦਾਂ ਤਾਂ ਜਵਾਨੀ ਚੜ ਪਵਿਆ, ਰੱਬ ਜਾਣੇ ਅਕਬਰ ਦਾ ਪੱਲੋ ਕਿਹੜੀ ਭੈਣ ਬਣੇ ਸੀ। ਮੇਰੇ ਇਮਾਮ ਦੀ ਆਵਾਜ਼ ਆਉਂਦੀ, ਰੁਬਾਬ ਬਚੜਾ ਗਿਨ, ਮੇਰੀਆਂ ਭੈਣੀ ਥੱਕ ਪਈਆਂ। ਬੀਬੀ ਹੱਥ ਵਧਾਏ ਨਸਗਾ ਰੱਖੇ, ਅੰਮਾ ਮੈਂ ਤੁਹਾਡੇ ਨਾਲ ਨਹੀਂ ਜੁੜਨਾ। ਮੇਰੇ ਇਮਾਮ ਦੀ ਆਵਾਜ਼ ਆਉਂਦੀ, ਬਚੜਾ ਮੈਂ ਕੋ ਭਰਾ ਦੇ ਨਾਲ ਕਈ ਗੱਲ ਕਰਨ ਡੇ। ਮੇਰੇ ਇਮਾਮ ਨੇ ਕੰਨ ਤੇ ਮੂੰਹ ਰੱਖੇ, ਇਸ ਗਰਬਾਈ ਵਧਾਈਏ, ਅੰਮਾ ਮੈਂ ਤੁਹਾਡੇ ਨਾਲ ਜੁਲਣਾ। ਬੀਬੀ ਆਦੀਏ, ਬਾਬਾ ਮਾਂ ਦੇ ਦੁੱਖੇ ਪਾਸੇ ਦਾ ਵਾਸਤੇ ਅੱਲਾ ਦੇ ਨਾਂ ਤੇ ਮੈਂ ਕੋ ਦਸਾ, ਮੇਰੇ ਭਰਾ ਕੁਕੇ ਆਖੇ। ਮੇਰੇ ਇਮਾਮ ਆਦੇ, ਮੈਂ ਆਖੇ ਭੈਣ ਕੋਲ ਜੋ ਰਾਂਦਾ, ਤੇਰੇ ਹਿੱਸੇ ਦਾ ਤੀਰ ਕੌਣ ਜਲੇ ਸੀ। ਤੂੰ ਮੇਰੀ ਆਖਰੀ ਕੁਰਬਾਨੀ, ਉਹ ਮੇਰਾ ਬੋਲੀ ਨਾ ਬੁਲੇਂਦਾ ਬਚੜਾ। ਬੀਬੀ ਤੁਰਨ ਲੱਗੀ, ਦੇਖ ਕੇ ਆਦੀ ਅੰਮਾ ਨਾਲ ਨਹੀਂ ਬਣਦਾ ਤਾਂ ਮੈਂ ਨਾ ਆਦੀ ਦੀਆਂ ਦੁਖੀਆਂ ਹੋਵੇ ਤਾਂ ਮਾਵਾਂ ਕੋ ਦਸੈਂਦੀਆਂ। ਅੰਮਾ ਮੈਂ ਤੈਕੂ ਨਾ ਦਸਾਵਾਂ, ਬੀਆ ਕੈਕੂ ਦਸਾਵਾਂ, ਬਚੜਾ ਰੋ ਨਹੀਂ ਦਸਾ ਕਿਹੜਾ ਦੁੱਖੇ। ਅੱਖਾਂ ਜੋ ਵਸਦੀਆਂ ਪਈਆਂ, ਦੇਖ ਕੇ ਆਦੀ ਅੰਮਾ ਜੇ ਤਰੀਜਾ ਦੀਏ, ਅਕਬਰ ਮੇਰੇ ਨਾਲ ਨਹੀਂ ਲੈਂਦਾ। ਅਕਬਰ ਕੋ ਆਖ ਨਾਰਾਜ਼, ਭੈਣ ਮਾਫ਼ੀ ਮੰਗਦੀ ਏ। ਮੇਰੀ ਸਹਿਣ ਮਾਮਲ ਦੇ ਕਰੀਬ ਆਈ, ਮੇਰਾ ਇਮਾਮਦ ਮੈਂ ਸਵਾਰ ਕਰਾਵਾਂ। ਬੀਬੀ ਆਦੀ ਨਹੀਂ, ਆ ਫਰਮਾਇਂਦਨ ਅਬਾਸ ਕੋ ਸੱਦਾ। ਬੀਬੀ ਆਦੀ ਨਹੀਂ, ਆ ਫਰਮਾਇਂਦਨ ਉਹ ਕੋ ਸੱਦਾ, ਜੈ ਸ਼ਾਮ ਤੱਕ ਵੰਜਣਾ। ਬੀਬੀ ਆਦੀ ਨਹੀਂ, ਮੇਰੇ ਅਕਬਰ ਕੋ ਬੁਲਾਓ, ਅਕਬਰ ਮਾਮਲ ਦੇ ਕਰੀਬ ਆਏ, ਅੰਮਾ ਮੈਂ ਸਵਾਰ ਕਰਾਵਾਂ। ਬੀਬੀ ਆਦੀ ਮੈਂ ਕੋ ਅਲੀ ਦੀਆਂ ਧੀਆਂ ਕੋਲੋਂ ਵੱਡੀ ਅਮੀਰ ਆ, ਮੇਰਾ ਲਾਲ ਸੱਦਾ ਹੀ ਵਾਸਤੇ, ਮੁੰਡਾ ਕਿਹੜਾ ਕਸੂਰ ਏ ਜਿਹੜੀ ਰੋਂਦੀ ਬੈਠੀਏ। ਨਾਲੇ ਇਹ ਦੱਸਾ, ਅੱਜ ਤਰੀਜਾ ਨਹੀਂ ਏ, ਭੈਣ ਨਾਲ ਅਲਹਿੰਦਾ ਕਿਉਂ ਨਹੀਂ। ਮੈਂ ਕੋ ਬਾਬੇ ਆਖੇ ਜੋ ਭੈਣ ਨਾਲ ਘੱਟ ਬੋਲਾ ਕਰ, ਮੈਂ ਕਿ ਕਿਉਂ ਬਾਬਾ ਜਾਨ। ਮੈਂ ਕੋ ਆਖਾਂ ਨੇ ਤਰਾਏ ਦਿਹਾੜਾ ਬਾਅਦ ਤੈਂ ਤੁਰ ਵੰਜਣਾ, ਤੈਂ ਕੋ ਤੁਰਦਾ ਦੇਖ ਕੇ ਮਤਾ ਮੇਰੀ ਧੀ ਮਰ ਵੰਜੇ। ਇੱਕੋ ਵਿਛੋੜੇ ਦਾ ਦੀ ਬਣਾਈ ਵੱਜ, ਲੁਗੜੀਆਂ ਹਵੇਲੀਆਂ ਹੋਸੇ ਨੂੰ ਚੁੱਪ ਕਰਾਵਣ ਵਾਲਾ ਕੋਈ ਨਾ ਹੋਸੀ। ਮਾਂ ਦੀ ਗੱਲ ਮੰਨ ਕੇ ਅਲੀ ਅਕਬਰ ਦਾ ਪਹਿਲਾ ਕਦਮ ਦਰਵਾਜ਼ੇ ਦੇ ਅੰਦਰ ਆਇਆ। ਬੀਬੀ ਤਲੀਆਂ ਟੇਕ ਕੇ ਉੱਠੀਏ, ਆਦੀਏ ਬਿਸਮਿਲਲਾਹ, ਮੈਂ ਲਾਜ਼ ਦਾ ਮਹਿਮਾਨ ਭਰਾ, ਆਓ ਮੇਰੇ ਸਾਹਮਣੇ ਚਾਦਰ ਤੇ ਬਹਿ ਵਾਂ। ਬੀਬੀ ਆਦੀਏ ਭੈਣ ਦੀਆਂ ਚਾਰ ਗੱਲਾਂ ਯਾਦ ਰੱਖੇ, ਬਾਬਾ ਘਰ ਚੜੀ ਚੜ ਪਵੇ, ਕਹਿ ਭੈਣ ਕੋਲੋਂ ਪੱਲੋ ਨਾ ਬਣਾਵੇ। ਬੀਬੀ ਆਦੀਏ ਹੁਣ ਟੁਰ ਵਾਂ, ਮੇਰੀ ਨੇ ਬਵੈਸੀ ਦੁਵੇਂ ਭੈਣ ਭਰਾ ਮਿੱਟੀ ਤੇ ਸਾਹਮਣੇ। ਅਬਾਸ ਦੀਓ ਮੇਰੇ ਇਮਾਮ ਦਾ ਅਬਾਸ, ਅਕਬਰ ਕੋ ਬੁਲਾ, ਮੇਰੀਆਂ ਭੈਣੀ ਥੱਕ ਪਈਏ। ਨਬਾਸ ਆਇਆ ਮੌਲਾ, ਜਿਹੜੇ ਮਾਮਲ ਉੱਠੇ ਖੜੇ ਨੇ ਬੁਲਾਓ ਜਾ, ਜਿਹੜੀਆਂ ਬੀਬੀਆਂ ਸਵਾਰ ਲਾਓ ਜਾ। ਅਕਬਾਰੀ ਮਰ ਗਏ, ਉਹਦੀ ਭੈਣੀ ਮਰ ਗਈ ਏ, ਕਈ ਬੀਬੀਆਂ ਦੀ ਬਰਬਾਦ ਮਦੀਨਾ, ਕਈ ਬੀਬੀਆਂ ਦੀ ਹਾਏ ਜਵਾਨੀ। ਹੁਣ ਮੇਰੇ ਇਮਾਮ ਨੇ ਅਕਬਰ ਦਾ ਸਾਰ ਝੋਲੀਏ ਚ ਪਾਇਆ, ਅਕਬਰ ਦੀਆਂ ਅੱਖਾਂ ਖੁੱਲੀਏ ਨ। ਹੁਣ ਮੇਰਾ ਇਮਾਮ ਧੀ ਦਾ ਸਰ ਝੋਲੀ ਚ ਪਾ ਗਿਆ, ਦੇ ਜਾਗ ਬਾਬਾ ਮਿਲਣ ਆਈ, ਕੋਈ ਜਵਾਬ ਨਹੀਂ ਆਇਆ। ਗਰਾਮਾ ਸੁਧੀ ਦੇ ਚਿਹਰੇ ਤੇ ਆਈ ਨੀ, ਮੈਂ ਉੱਠਦੀ ਆਈਏ, ਗੱਲ ਚ ਬਾਵਾ ਪੈਂਦੀ ਆਈਏ। ਆਦੀਏ ਕਨਾਈ ਨਾ ਰੋਵੇ, ਕਿਉਂ ਵਧਾ ਰੋਂਦੇ ਮੇਰੇ ਇਮਾਮ ਦਾ, ਮੈਂ ਕੋਈ ਕੱਲਾ ਵਧਾ ਰੋਂਦਾ। ਬਚੜਾ ਦੱਸਾ ਤੇ ਸਹੀ ਤੈਂ ਕਿਆ ਕੀਤਾ, ਬਾਬਾ ਮੈਂ ਉਵੇਂ ਕੀਤਾ ਜਿਵੇਂ ਬੈਣੀ ਮੋਏ ਬਿਰਾਵਾਂ ਨਾਲ
ਕਰਦੀਆਂ। ਮੈਂ ਅਕਬਰ ਦਾ ਪੱਲੂ ਬਦੈ ਮੈਂ ਕੋ ਪੱਲੂ ਬਣਾ ਵੀ ਦੇਵੇ, ਮੇਰਾ ਇਮਾਮ ਆਦੇ ਮਾਂਗ ਤੇ ਮੈਂ ਤੇ ਗੁਡੇਵਾ ਬੀਬੀਆਂ ਦੀ ਨਹੀਂ ਅਕਬਰ ਕੋ ਮੇਰੇ ਨਾਲ ਭੇਜੋ। ਅਕਬਰ ਆਇਆ ਮੇਰੀ ਸੈਣ ਜ਼ਮੀਨ ਸਾਫ ਕੀਤੀ ਏ, ਮੇਰੀ ਸੈਣ ਦੁਨੀਆ ਤੇ ਰੋਕ ਕੇ ਆ ਦਿਓ ਜੇ ਨਾਲ ਨਹੀਂ ਨਾ ਇੱਥਾ ਲਾ ਦੇ ਪਰ ਵਧੀ ਰੋ ਵਕ ਤਨੀ ਬੈਸਾ ਏ ਤਲੀਆ ਸਮੇ। ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਹੈਦਰੀ। ਆਪ ਆਪਕੇ ਸਾਹਮਣੇ ਖਿਤਾਬ ਫਰਮਾਏਂਗੇ ਜਨਾਬ ਜ਼ੁਹੈਰ ਬਾਦਸ਼ਾਹ ਸਾਹਿਬ ਓਫੜ ਸਿੰਘ, ਔਰ ਉਹਨਾਂ ਤੋਂ ਬਾਅਦ ਜਨਾਬ ਸੈਯਦ ਕਲੰਦਰ ਬਾਦਸ਼ਾਹ ਸਾਹਿਬ।